ਤੁਸੀਂ ਦੇਖ ਰਹੇ ਹੋ ਨਕੋਦਰ ਨਿਊਜ਼ ਰਿਪੋਰਟ। ਨਕੋਦਰ ਦੇ ਵਿੱਚ ਇੱਕ ਨਿੱਜੀ ਦੁਕਾਨ ਨੂੰ ਅੱਗ ਲੱਗ ਗਈ ਜਿਸ ਨੂੰ ਮਝਾਉਣ ਦੇ ਲਈ ਮੌਕੇ 'ਤੇ ਫਾਇਰ ਬ੍ਰਿਗੇਡ ਪਹੁੰਚੀ ਅਤੇ ਬੜੀ ਮੁਸ਼ੱਕਤ ਨਾਲ ਇਸ ਅੱਗ ਨੂੰ ਬੁਝਾਇਆ ਗਿਆ। ਹਾਂਜੀ ਸਰ, ਹਾਂਜੀ ਪ੍ਰਧਾਨ ਜੀ, ਜੋ ਜੇ ਅੱਗ ਲੱਗੀ ਇੱਥੇ ਗੈਸ ਸਿਲੰਡਰ ਦਾ ਰਹੀ ਤੇ ਇਸ ਤਰ੍ਹਾਂ ਕਿੱਦਾਂ ਜੀ ਬਚਾਅ ਹੋ ਗਿਆ ਜੀ? ਦੇਖੋ ਜੀ, ਜਿਹੜੀ ਹੋਣੀ ਨੂੰ ਤਾਂ ਚਲੋ ਕੋਈ ਨਹੀਂ ਡਾਲ ਸਕਦਾ, ਪਰ ਜਿਹੜੇ ਹਾਲਾਤ ਸੀ ਉਹ ਫਾਇਰ ਡਿਪਾਰਟਮੈਂਟ ਵੱਲੋਂ ਸਾਰੇ ਕਾਬੂ ਕਰ ਲਏ ਗਏ ਨੇ ਜੀ। ਉਹਦੇ ਲਈ ਮੈਂ ਐਡਮਿਨਿਸਟ੍ਰੇਸ਼ਨ ਦਾ, ਨਗਰ ਕੌਂਸਲ ਦੇ ਜਿਹੜੇ ਇੰਸਪੈਕਟਰ ਨੇ, ਫਾਇਰ ਆਫਿਸਰ ਨੇ, ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰ ਰਹਾ ਕਿ ਚਲੋ ਜਿੰਨੀਆਂ ਐਫਰਟਸ ਹੋ ਸਕੀਆਂ ਉਹਨਾਂ ਨੇ ਪੂਰੀਆਂ ਬਖੂਬੀ ਨਿਭਾਈਆਂ, ਪਰ ਜਿਹੜਾ ਨੁਕਸਾਨ ਹੋਇਆ ਆ ਉਹਦੀ ਭਰਪਾਈ ਤਾਂ ਚਲੋ ਕੋਈ ਨਹੀਂ ਕਰ ਸਕਦਾ, ਪਰ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਕਿੰਨਾ ਕੁ ਨੁਕਸਾਨ ਹੋਇਆ ਪਾਰਟੀ ਦਾ, ਪਰ ਫਿਰ ਵੀ ਜੋ ਦੱਸਿਆ ਜਾ ਰਿਹਾ ਇਹਨਾਂ ਵੱਲੋਂ ਅੱਗ ਉੱਤੇ ਕਾਬੂ ਪਾ ਲਿਆ ਗਿਆ। ਕਾਬੂ ਪਾ ਲਿਆ ਗਿਆ ਕਾਬੂ ਪਾ ਲਿਆ ਗਿਆ ਟੀਮ ਪਹੁੰਚ ਚੁੱਕੀ ਹੈ? ਹਾਂਜੀ, ਸਾਰੀ ਟੀਮ ਇੱਥੇ ਪਹੁੰਚ ਚੁੱਕੀ ਹੈ, ਫਾਇਰ ਆਫਿਸਰ ਸਾਰੇ ਲੱਗੇ ਹੋਏ ਆ ਜੀ। ਸਲ ਵਾਲਿਆਂ ਦਾ ਹੈ ਜੀ ਸ਼ੋਰੂਮ, ਹੈ ਇਲੈਕਟ੍ਰੀਕਲ ਸ਼ੋਰੂਮ ਹੈ, ਅਤੇ ਆਈ ਸੀ ਇੱਥੇ ਸਭ 7:45 ਪਤਾ ਲੱਗਾ ਸਾਨੂੰ ਕਿ ਇੱਥੇ ਅੱਗ ਲੱਗ ਗਈ ਹੈ। ਸਾਡੀ ਟੀਮ ਪਹੁੰਚੀ ਹੋਈ ਸੀ, ਹੈਡਕੁਆਟਰ ਦਵਿੰਦਰ ਇੱਥੋਂ ਲੰਘ ਰਹੀ ਸੀ, ਉਹਨਾਂ ਨੇ ਦੇਖਿਆ ਕਿ ਇੱਥੇ ਅੱਗ ਲੱਗੀ ਹੋਈ ਹੈ ਅਤੇ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ। ਉਸ ਤੋਂ ਬਾਅਦ 5 ਬ੍ਰਿਗੇਡ ਆਈ ਹੈ, ਇਹਦੀ ਇੱਕ ਬੇਸਮੈਂਟ ਹੈ ਅਤੇ 3 ਫਲੋਰ ਉੱਪਰ ਹੈ, ਅਤੇ ਉੱਪਰ 4th ਫਲੋਰ ਦੇ ਵਿੱਚ 3rd ਫਲੋਰ ਦੇ ਉੱਪਰ ਅੱਗ ਲੱਗੀ ਹੋਈ ਹੈ, ਅਤੇ ਹੁਣ ਤਾਂ ਪੁੱਜ ਗਈ ਆ, ਉਹਨੂੰ ਤੋੜ ਦਿੱਤਾ, ਉਹਦੀਆਂ ਵਾਲ ਥੋੜ੍ਹੀਆਂ ਤੋੜ ਕੇ ਬ੍ਰੇਕ ਕਰਕੇ, ਅਤੇ 5 ਬ੍ਰਿਗੇਡ ਦੀ ਟੀਮ ਟਾਈਮ ਸਿਰ ਆ ਗਈ ਸੀ, ਲੋਕਾਂ ਨੇ ਬੜਾ ਮਦਦ ਕੀਤੀ ਹੈ। ਸਰ ਨੁਕਸਾਨ ਕਿੰਨਾ ਕੁ ਹੋਇਆ? ਨੁਕਸਾਨ ਤਾਂ ਜੀ ਅਜੇ 4 ਸਟੋਰੀ ਹੈ, ਅਜੇ ਪੂਰੀ ਬੰਦ ਹੈ, ਇੱਕ ਕੰਧ ਤੋੜੀ ਉੱਪਰ, ਉਹਦੀ ਤਾਂ ਅਜੇ ਪਤਾ ਲੱਗੇਗਾ ਜਦੋਂ ਉਹਨੂੰ ਪੂਰਾ ਤੋੜ ਗਿਆ। ਕਾਰਨ ਕੀ ਲੱਗਦਾ ਸਰ? ਉੱਪਰ ਗਿਆ ਸੀ, ਕਾਰਨ ਕੀ ਦੇਖਿਆ ਜੀ? ਕਾਰਨ ਉੱਪਰ ਜੋ 4th ਫਲੋਰ ਹੈ ਉੱਥੇ ਨਾ ਸਾਰਾ ਇਹਨਾਂ ਦਾ ਜਿੰਨਾ ਵੀ ਇਹਦੇ ਗੱਤੇ ਵਗੈਰਾ ਹੁੰਦੇ ਆ, ਜੋ ਬੋਕਸਿੰਗ ਹੁੰਦੇ ਆ ਜਿਹਨਾਂ ਵਿੱਚ ਰੱਖਦੇ ਆ, ਉਹ ਪਏ ਸੀ ਉੱਥੇ, ਬਿਜਲੀਆਂ ਤਾਰਾਂ ਵੀ ਉੱਥੇ ਹੀ ਹੈ, ਹੁਣ ਬਾਕੀ ਪਤਾ ਲੱਗੇਗਾ ਉਸ ਤੋਂ ਬਾਅਦ ਕਿ ਵੀ ਕਿਆ। ਦੁਕਾਨ ਦੇ ਵਿੱਚ ਸਮਾਨ ਕੱਢ ਲਿਆ ਗਿਆ ਸਾਰਾ ਜੀ? ਹਾਂਜੀ ਹਾਂਜੀ, ਨਾਲ ਦੇ ਨਾਲ ਹੀ ਪਹਿਲੇ ਆਉਂਦੇ ਹੀ ਕੀਤਾ ਗਿਆ, ਇੱਕ ਪਾਸੇ ਆਗ ਬੁਝਾਈ ਗਈ, ਦੂਜਾ ਐਟ ਦ ਸੇਮ ਟਾਈਮ ਜਿੰਨਾ ਵੀ ਸ਼ੋਪ ਦਾ ਸਮਾਨ ਉਹਨੂੰ ਬਾਹਰ ਕੀਤਾ।